ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਸਭ ਠੀਕ ਠਾਕ ਹੋਵੇ? ਹਾਂਜੀ, ਲਓ ਸ਼ੁਰੂ ਕੀਤਾ। ਕੱਚੀ ਲੱਸੀ ਬਣਾਈ ਆ ਅਤੇ ਮੂੰਹ ਦੇ ਵਿੱਚ ਛਾਲੇ ਜਿਹੇ ਬਹੁਤ ਹੋਏ ਸਾਰੇ ਨਾ, ਜ਼ੁਬਾਨ ਦੇ ਵਿੱਚ ਅਤੇ ਬੁੱਲਾਂ ਦੇ ਨਾਲ ਨਾਲ ਛਾਲੇ ਬਹੁਤ ਜ਼ਿਆਦਾ ਹੋਏ ਅਤੇ ਕੱਚੀ ਲੱਸੀ ਬਣਾਈ ਹੈ। ਗੂੰਦ ਕਤੀਰਾ ਪਾ ਕੇ ਅਤੇ ਮੈਂ ਕੱਚੀ ਲੱਸੀ ਪੀਂਦੇ ਹਾਂ। ਨਾਲ ਤਾਂ ਚਟਣੀ ਬਣਨ ਲੱਗੀ ਆ ਪੂਤਨੇ ਦੀ, ਪੂਤਨ ਦੀ ਚਟਣੀ। ਕਿਹਾ ਯੁਵਰਾਜ ਸਿੰਘ ਵੀ ਠੀਕ ਨਹੀਂ ਹੈ, ਗਰਮੀ ਬਹੁਤ ਜ਼ਿਆਦਾ ਅਤੇ ਬੁਖਾਰ ਹੋ ਗਿਆ, ਸਕੂਲੋਂ ਹੁਣੇ ਹੈਗਾ ਛੁੱਟੀ ਲੈ ਕੇ, ਛੁੱਟੀ ਲੈ ਕੇ ਹੈਗੇ। ਹਾਂ, ਉਹਨਾਂ ਦਾ ਵਲੌਗ ਚੱਲ ਰਿਹਾ ਵਾ ਆਪਣੇ ਦੀਪ ਮਠਾਰੂ ਹੁਣਾਂ ਦਾ, ਬਟਾਲੇ ਰਹਿੰਦੇ ਆ। ਜ਼ਿੰਦਗੀ ਜੀ ਕੁੜੀ ਆ ਬੜੀ ਚੰਗਾ ਕਰਦੀ ਅਤੇ ਆਪਣੀ ਦੀਦੀ ਵੀ ਬਣਾਉਣ ਡਈ ਆ ਪੂਤਨੇ ਦੀ ਚਰਣੀ, ਪੁਦੀਨੇ ਕੀ ਚਰਣੀ। ਬਣਾ ਕੇ ਬਲੌਗ ਪਾਉਂਦੇ ਹਾਂ, ਨਾਲ ਰੋਟੀ ਖਾਵਾਂਗੇ ਨਾਲ। ਵਧੀਆ ਬਣੀ, ਵਧੀਆ ਬਣਿਆ। ਗਰਮੀ ਬਹੁਤ ਜ਼ਿਆਦੀ, ਉੱਦਾਂ ਹਮਸ ਜਿਹਾ ਲੱਗਾ, ਘੁੱਟ ਜਿਹਾ ਲੱਗਾ। ਬੱਚੇ ਸਟੂਡੈਂਟ ਆਏ ਸਿੱਖਣ ਵਾਸਤੇ, ਥੱਲੇ ਹਾਰਮੋਨੀਅਮ ਸਿੱਖਣ ਵਾਸਤੇ, ਕੀਰਤਨ ਸਿੱਖਣ ਵਾਸਤੇ, ਬਾਕੀ ਜਿੰਨੇ ਕੁ ਜੋਗੇ ਹੈਗੇ ਆ ਸਿਖਾਈ ਦਾ ਭਾਅ ਜੀ। ਵਾਹਿਗੁਰੂ ਆਪਣੇ ਗੁਰਬਾਣੀ ਨਾਲ ਜੋੜ ਕੇ ਰੱਖਣਾ ਮੈਨੂੰ। ਦੇਖੋ ਚਟਣੀ ਕਿੱਡੀ ਵਧੀਆ ਬਣਾਈ, ਬਹੁਤ ਸਵਾਦ ਹੈ, ਪਰ ਮੇਰੇ ਤਾਂ ਛਾਲੇ ਹੋਏ ਆ, ਮੈਨੂੰ ਤਾਂ ਮਿਰਚਾਂ ਲੱਗੀਆਂ ਅਤੇ ਚਟਣੀ ਹੈ ਬਹੁਤ ਸਵਾਦ ਦਾ। ਨਾਲ ਤਾਂ ਦਾਲ ਆ, ਦਾਲ ਨਾਲ ਯੁਵਰਾਜ ਸਿੰਘ ਵੀ, ਯੁਵਰਾਜ ਸਿੰਘ ਵੀ ਖਾਣ ਡਿਆ ਰੋਟੀ ਅਤੇ
ਹਾਂਜੀ ਅਤੇ ਚਟਨੀ ਬਣਾਈ ਆ ਵਧੀਆ, ਪਰ ਮੇਰੇ ਛਾਲੇ ਹੋਏ ਆ ਅਤੇ ਇਹ ਅਨਾਰਦਾਣਾ ਅਤੇ ਪੂਤਨਾ ਟਮਾਟਰ ਪਿਆਜ ਅਤੇ ਸਵਾਦ ਬਣੀ ਆ, ਪਰ ਮੈਨੂੰ ਤਾਂ ਮਿਰਚਾਂ ਬੜੀਆਂ ਲੱਗੀ ਆ ਅਤੇ ਆ ਤਾਜ ਦੇ ਵੀ ਅਜੇ ਛਾਲੇ ਹੋਏ ਮੂੰਹ 'ਚ ਇਹਦੇ ਵੀ, ਇਹਨੂੰ ਵੀ ਇਹਨੂੰ ਵੀ ਮਿਰਚਾਂ ਬਹੁਤ ਲੱਗੀਆਂ, ਰੋਟੀ ਖਾਧੀ ਨਹੀਂ ਇਹਨੇ। ਆਹੋ ਦੇਖੋ ਸਾਡਾ ਪੰਜਾਬ ਵਾਲਿਆਂ ਦਾ ਬਲੌਗ ਚੱਲ ਰਿਹਾ ਅਤੇ ਥੱਲੇ ਹੇਠਾਂ ਆਪਾਂ ਰਿਆਜ਼ ਕਰਕੇ ਬੱਚੇ ਆਏ ਸਿੱਖਣ, ਉਹਨੂੰ ਦੱਸ ਕੇ ਅਤੇ ਫਿਰ ਆਪਾਂ ਉੱਪਰ ਆ ਗਏ। ਅੱਛਾ ਜੀ ਲਓ, ਇਹ ਵਲੋਗ ਚੰਗਾ ਲੱਗਾ ਅਤੇ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਿਓ ਜੀ, ਪਿਆਰ ਦਿੰਦੇ ਰਹੇ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ।